ਗੁੱਡ ਮਾਰਨਿੰਗ ਸਟੂਡੈਂਟਸ ਬੇਟਾ ਅੱਜ ਅਸੀਂ ਕਰਨ ਜਾ ਰਹੇ ਹਾਂ ਪਾਠ ਨੰਬਰ 17 ਸੈਕਿੰਡ ਟਰਮ ਦੇ ਵਿੱਚ ਆਏਗਾ ਮਿਹਨਤ ਦਾ ਫਲ ਮਿੱਠਾ ਪਹਿਲੇ ਤੇ ਅਸੀਂ ਕਰਾਂਗੇ ਬੁੱਕ ਰੀਡਿੰਗ ਠੀਕ ਹੈ ਇਸ ਪਾਠ ਵਿੱਚ ਲੇਖਕ ਨੇ ਮਿਹਨਤ ਦੀ ਕਮਾਈ ਕਰਨ ਦੀ ਸਿੱਖਿਆ ਤੇ ਜ਼ੋਰ ਦਿੱਤਾ ਹੈ ਮਿਹਨਤ ਦੀ ਕਮਾਈ ਕਰਨ ਵਾਲੇ ਹਮੇਸ਼ਾ ਖਿੜੇ ਰਹਿੰਦੇ ਹਨ ਉਹਨਾਂ ਦੀ ਸਿਹਤ ਨਰੋਈ ਰਹਿੰਦੀ ਹੈ ਨਰੋਈ ਮਤਲਬ ਕੋਈ ਵੀ ਉਹਨਾਂ ਨੂੰ ਰੋਗ ਨਹੀਂ ਰਹਿੰਦਾ ਅਗੇ ਦੇਖੋ ਪਿਆਰੇ ਬੱਚਿਓ ਗੁਰੂ ਨਾਨਕ ਦੇਵ ਜੀ ਨੇ ਮਨੁੱਖ ਨੂੰ ਸਿੱਖਿਆ ਦਿੱnde ਕਿਆ ਸੀ ਕੀਰਤ ਕਰੋ ਨਾਮ ਜਪੋ ਅਤੇ ਵੰਡ ਕੇ ਖਾਓ ਇਸ ਦਾ ਮਤਲਬ ਹੈ ਹੱਥੀ ਮਿਹਨਤ ਕਰਨ ਕਰਕੇ ਧਨ ਕਮਾਓ ਉਸ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖੋ ਤੇ ਆਪਣੀ ਕਮਾਈ ਦਾ ਕੁਝ ਹਿੱਸਾ ਗਰੀਬਾਂ ਵਿੱਚ ਜ਼ਰੂਰ ਵੰਡੋ ਬਹੁਤ ਸਾਰੇ ਲੋਕ ਗੁਰੂ ਨਾਨਕ ਦੇਵ ਜੀ ਦੀ ਇਸ ਵਿਚਾਰਧਾਰਾ ਦੇ ਅਨੁਸਾਰ ਚੱਲਦੇ ਹਨ ਜਿਨ੍ਹਾਂ ਨੇ ਇਸ ਵਿਚਾਰਧਾਰਾ ਨੂੰ ਅਪਣਾਇਆ ਸੁਖੀ ਜੀਵਨ ਜੀ ਰਹੇ ਹਨ ਸਾਡੇ ਬਜ਼ੁਰਗ ਅਕਸਰ ਆਖਦੇ ਹਨ ਕਿ ਮਿਹਨਤ ਦਾ ਫਲ ਮਿੱਠਾ ਹੁੰਦਾ ਹੈ ਮਿਹਨਤ ਦੀ ਕਮਾਈ ਵਿੱਚ ਜੋ ਸੁੱਖ ਆਰਾਮ ਮਿਲਦਾ ਹੈ ਉਹ ਬੇਲੇ ਰਹਿ ਕੇ ਜਾਂ ਰਿਸ਼ਵਤ ਖੋਰੀ ਨਾਲ ਧਨ ਕਮਾ ਕੇ ਜਾਂ ਭ੍ਰਿਸ਼ਟਾਚਾਰੀ ਖਿਲਾੜਕੇ ਨਸੀਬ ਨਹੀਂ ਹੁੰਦਾ ਸਿਆਣਿਆਂ ਨੇ ਤਾਂ ਇੱਥੋਂ ਤੱਕ ਕਿਹਾ ਹੈ ਕਿ ਉਹ ਹੱਥ ਹੱਥ ਸਭ ਤੋਂ ਸੋਨੇ ਹਨ ਜੋ ਮਿਹਨਤ ਕਰਦੇ ਹਨ ਇਸ ਵਿਚਾਰਤਾਰਾ ਨਾਲ ਸੰਬੰਧਿਤ ਇੱਕ ਕਹਾਣੀ ਸੁਣਾ ਰਿਹਾ ਹਾਂ ਇੱਕ सेठ ਸੀ ਉਸ ਕੋਲ ਕਾਫੀ ਧਨ ਦੌਲਤ ਸੀ ਪਰੰਤੂ ਉਸਨੇ ਇਹ ਸਾਰੀ ਧੰਤੌਲਤ ਮਿਹਨਤ ਕਰਕੇ ਕਮਾਈ ਸੀ ਉਸਦਾ ਇੱਕੋ ਇੱਕ ਪੁੱਤਰ ਸੀ ਪੁੱਤਰ ਜਦੋਂ ਵੀ ਜਦੋਂ ਵੱਡਾ ਹੋਇਆ ਤਾਂ ਉਸਨੇ ਆਪਣੇ ਪਾਪ ਦੀ ਕਮਾਈ ਡਾਂਗਾਂ ਦੇ ਗੱਜ ਦੇ ਕੇ ਉਜਾੜਨ ਲੱਗਾ ਉਸ ਨੂੰ ਵੇਖਲੇ ਰਹਿਣ ਦੀ ਆਦਤ ਪੱਕ ਗਈ ਸੀ ਉਹ ਕਿਸੇ ਕੰਮ ਨੂੰ ਹੱਥ ਨਾ ਲਾਉਂਦਾ ਪਿਤਾ ਨੇ ਬਥੇਰਾ ਸਮਝਾਇਆ ਕਿ ਉਹ ਕੋਈ ਕੰਮ ਤੰਦਾ ਕਰਿਆ ਕਰੇ ਪਰ ਉਸ ਦੇ ਕੋਈ ਅਸਰ ਨਾ ਹੁੰਦਾ ਕਹਿੰਦੇ ਹਨ ਕਿ ਕੱਲਾ ਪੁੱਤਰ ਪਿਓ ਸਮਾਨ ਹੁੰਦਾ ਹੈ ਪਿਤਾ ਜਦੋਂ ਵੀ ਉਸ ਨੂੰ ਥੋੜਾ ਓਖਾ ਹੋ ਕੇ ਬੋਲਦਾ ਮਾਂ ਆਪਣੇ ਪੁੱਤਰ ਅੱਗੇ ਡੱਟ ਕੇ ਖੜੀ ਹੋ ਜਾਂਦੀ ਇੱਕ ਦਿਨ ਸੇਠ ਨੇ ਸੋਚਿਆ ਕਿ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਉਸ ਦੀ ਮਿਹਨਤ ਨਾਲ ਕਮਾਈ ਤਾਂ ਦੌਲਤ ਖਤਮ ਹੋ ਜਾਵੇਗੀ ਉਸਨੇ ਪੁੱਤਰ ਨਾਲ ਥੋੜੀ ਸਖਤੀ ਕਰਨ ਦਾ ਮਨ ਬਣਾਇਆ ਉਸਨੇ ਪੁੱਤਰ ਨੂੰ ਕੋਲ ਬੁਲਾਇਆ ਤੇ ਕਿਹਾ ਓਮ ਅੱਜ ਮਿਹਨਤ ਕਰੇਗਾ ਤਾਂ ਰੋਟੀ ਮਿਲੇਗੀ ਮੈਨੂੰ ਤੇਰੇ ਕੋਲੋਂ 100 ਰੁਪਇਆ ਹਰ ਰੋਜ਼ ਮਿਲਣਾ ਚਾਹੀਦਾ ਹੈ ਜਿੱਦਾਂ ਰੁਪਏ ਨਹੀਂ ਮਿਲੇ ਤੇਰੀ ਰੋਟੀ ਪਾਣੀ ਬੰਦ ਓਮ ਰੋਂਦਾ ਹੋਇਆ ਆਪਣੀ ਮਾਂ ਕੋਲ ਗਿਆ ਤੇ ਕਹਿਣ ਲੱਗਾ ਮਾਂ ਮੈਨੂੰ 100 ਰੁਪਇਆ ਦੇ ਅੱਜ ਮੈਨੂੰ ਘਰ ਵਿੱਚ ਰੋਟੀ ਮਿਲੇਗੀ ਤਾਂ ਹੀ ਮਿਲੇਗੀ ਜੇ ਪਿਤਾ ਜੀ ਮੈਨੂੰ ਪਿਤਾ ਜੀ ਨੂੰ ਮੈਂ 100 ਰੁਪਏ ਦੇਵਾਂਗਾ ਮਾਂ 100 ਮਾ ਕੋਲੋ 100 ਰੁਪਇਆ ਲੈ ਕੇ ਪੁੱਤਰ ਬਾਹਰ ਚਲਾ ਗਿਆ ਸ਼ਾਮ ਨੂੰ ਘਰ ਪਰਤਣ ਤੇ ਪਿਤਾ ਜੀ ਨੇ 100 ਰੁਪਏ ਦੀ ਮੰਗ ਕੀਤੀ ਓਮ ਨੇ ਰੁਪਇਆ ਪਿਤਾ ਨੂੰ ਦੇ ਦਿੱਤਾ ਸੇਠ ਨੇ ਪੱਕਾ ਸ਼ੱਕ ਸੀ ਕਿ ਇਹ ਰੁਪਇਆ ਮਿਹਨਤ ਨਾਲ ਕਮਾਇਆ ਨਹੀਂ ਇਹ ਜ਼ਰੂਰ ਆਪਣੀ ਮਾਂ ਕੋਲੋਂ ਲਿਆਇਆ ਹੈ ਉਸਨੇ ਪੁੱਤਰ ਨੂੰ ਕਿਹਾ ਓਮ ਜਾ ਉਹ ਰੁਪਏ ਖੂ ਵਿੱਚ ਸੁੱਟ ਆ ਪੁੱਤਰ ਬਿਨਾਂ ਦੇਰੀ ਕੀਤੇ ਉਸ ਰੁਪਏ ਖੂ ਦੇ ਵਿੱਚ ਸੁੱਟ ਆਇਆ ਪਰੰਤੂ ਸੇਠ ਨੂੰ ਆਪਣੀ ਪਤਨੀ ਨੂੰ ਉਸਦੇ ਪਿੱਕੇ ਭੇਜ ਦਿੱਤਾ ਮਗਲੇ ਦਿਨ ਪਿਤਾ ਨੇ ਉਸ ਨੂੰ 100 ਰੁਪਏ ਕਮਾਣ ਲੈ ਕਿਹਾ ਤਾਂ ਉਹ ਮਾਂ ਘਰ ਵਿੱਚ ਨਹੀਂ ਸੀ ਓਮ ਆਪਣੇ ਭੈਣ ਕੋਲ ਚਲਾ ਗਿਆ ਤੇ 100 ਰੁਪਏ ਦੀ ਮੰਗ ਕੀਤੀ ਭੈਣ ਨੇ ਵੀ ਉਸ ਨੂੰ 100 ਰੁਪਏ ਦੇ ਦਿੱਤੇ ਸ਼ਾਮ ਭੈਣ ਤੇ ਜਦੋਂ ਉਹ ਜਦੋਂ ਓਮ ਉਹੀ ਰੁਪਏ ਪਿਤਾ ਜੀ ਨੂੰ ਦੇ ਦਿੱਤੇ ਤਾਂ ਸੇਠ ਨੂੰ ਪਤਾ ਕਿ ਉਹ ਰੁਪਏ ਆਪਣੀ ਭੈਣ ਕੋਲੋਂ ਲੈ ਕੇ ਆਇਆ ਹੈ ਉਸ ਨੇ ਕਿਹਾ ਓਮ ਇਹ ਮੈਂ 100 ਰੁਪਏ ਇਹ 100 ਰੁਪਏ ਖੂਬ ਵਿੱਚ ਸੁੱਟਾ ਨਾਲ ਹੀ ਓਮ ਨੇ ਆਪਣੇ ਧੀ ਨੂੰ ਉਸਦੇ ਨਾਨਕੇ ਭੇਜ ਦਿੱਤਾ ਅਗਲੇ ਹੀ ਦਿਨ ਓਮ ਨੇ 100 ਰੁਪਏ ਦੇਣ ਵਾਲਾ ਦੇਣ ਵਾਲਾ ਕੋਈ ਨਹੀਂ ਸੀ ਸਾਰਾ ਦਿਨ ਹੱਡ ਭਨ ਕੇ ਕਮਾਈ ਕਰਨੀ ਪਈ ਸ਼ਾਮ ਜਦੋਂ ਘਰ ਮਿਹਨਤ ਦੀ ਕਮਾਈ 100 ਰੁਪਏ ਮਿਲੇ ਤਾਂ ਉਸਨੇ ਪਿਤਾ ਜੀ ਕੋਲ ਆਇਆ ਤੇ ਕਹਿਣ ਲੱਗਾ ਪਿਤਾ ਜੀ ਆਹ ਲਓ 100 ਰੁਪਏ ਸੇਠ ਨੇ ਫਿਰ ਉਹੀ ਕਿਹਾ ਓਮ ਜਾ ਇਹ ਰੁਪਏ ਵੀ ਖੂ ਵਿੱਚ ਸੁੱਟ ਆ ਆਪਣੀ ਮਿਹਨਤ ਦੀ ਕਮਾਈ ਨੂੰ ਖੂ ਵਿੱਚ ਸੁੱਟਣ ਸੁਣ ਕੇ ਓਮ ਚੀਕ ਕੇ ਬੋਲਿਆ ਪਿਤਾ ਜੀ ਇਹ 100 ਰੁਪਏ ਕਮਾਉਣ ਲਈ ਮੈਂ ਸਾਰਾ ਦਿਨ ਮਜ਼ਦੂਰੀ ਕੀਤੀ ਇੱਟਾਂ ਤੋੜਦਿਆਂ ਮੇਰੇ ਹੱਥ ਦੇ ਛਾਲੇ ਪੈ ਗਏ ਤੁਸੀਂ ਕਹਿੰਦੇ ਹੋ ਕਿ ਮੈਂ ਇਹ ਰੁਪਏ ਖੋ ਵਿੱਚ ਸੁੱਟਾਂ ਮੈਂ ਨਹੀਂ ਮੈਂ ਇਹ ਨਹੀਂ ਸੁੱਟਾਂਗਾ ਸੇਠ ਨੇ ਅੱਗੋਂ ਅੱਗੇ ਹੋ ਕੇ ਪੁੱਤਰ ਨੂੰ ਜੱਫੀ ਵਿੱਚ ਲੈ ਲਿਆ ਤੇ ਪਿਆਰ ਦਿੰਦਾ ਬੋਲਿਆ ਬਸ ਓਮ ਇਹੀ ਮੈਂ ਤੇਰੇ ਮੂੰਹੋਂ ਸੁੰਨਾ ਚਾਹੁੰਦਾ ਸੀ ਮਿਹਨਤ ਦੀ ਕਮਾਈ ਸੁੱਟਣ ਲੱਗਿਆ ਜਿਵੇਂ ਤੈਨੂੰ ਦੁੱਖ ਹੋਇਆ ਹੈ ਤਿਵੇਂ ਮੇਰੀ ਮਿਹਨਤ ਦੀ ਕਮਾਈ ਉਜੜਦਿਆਂ ਦੇਖ ਕੇ ਮੈਨੂੰ ਵੀ ਦੁੱਖ ਹੋ ਰਿਹਾ ਸੀ ਪਿਤਾ ਜੀ ਅੱਗੇ ਮੈਂ ਮਿਹਨਤ ਦੀ ਕਮਾਈ ਹੀ ਕਰਾਂਗਾ ਮੈਨੂੰ ਅਹਿਸਾਸ ਹੋ ਗਿਆ ਹੈ ਕਿ ਮਿਹਨਤ ਦੀ ਕਮਾਈ ਦਾ ਫਲ ਮਿੱਠਾ ਹੁੰਦਾ ਹੈ ਓਮ ਦੇ ਪਛਤਾਵੇ ਦੇ ਅਥਰੂ ਬਹਾਉਂਦਿਆਂ ਕਿਹਾ ਸੇਠ ਆਪਣੀ ਜਿੱਤ ਤੇ ਬੜਾ ਮੁਸਕਰਾ ਕੇ ਮੁਸਕਰਾ ਮੁਸਕਰਾ ਰਹੀ ਆ ਸੀ ਬੇਟਾ ਇਸ ਕਾ ਇੱਕ ਕਹਾਣੀ ਦੇਖੋ ਕਿ ਢਿੱਡੀ ਸੋਣੀ ਕਹਾਣੀ ਆ ਕਿ ਸਾਨੂੰ ਮਿਹਨਤ ਹੀ ਕਰਕੇ ਕਮਾਉਣਾ ਚਾਹੀਦਾ ਠੀਕ ਹੈ ਨਾ ਸਾਰੇ ਇਹਨੇ ਬੜੇ ਧਿਆਨ ਨਾਲ ਇਹ ਕਹਾਣੀ ਆਪ ਵੀ ਪੜ੍ਹਨੀ ਆ ਉਸ ਤੋਂ ਬਾਅਦ ਦੇਖੋ ਕਿਰਤ ਕਰੋ ਹੱਥੀ ਮਿਹਨਤ ਕਰਕੇ ਖਾਓ ਵੰਡ ਕੇ ਛਕੋ ਜੋ ਕਮਾਈ ਕਰੋ ਉਸ ਨੂੰ ਵੰਡ ਕੇ ਖਾਓ ਨਸੀਬ ਨਹੀਂ ਹੁੰਦਾ ਪ੍ਰਾਪਤ ਨਹੀਂ ਹੁੰਦਾ ਉਜੜਦਿਆਂ ਬਰਬਾਦ ਹੁੰਦੇ ਆ ਹੱਡ ਪਣ ਕੇ ਕਮਾਈ ਕਰਨੀ ਸਤ ਮਿਹਨਤ ਕਰਨੀ ਉਸ ਤੋਂ ਬਾਅਦ ਨਾਮ ਜਪੋ ਪਰਮਾਤਮਾ ਦੀ ਭਗਤੀ ਕਰੋ ਵਿਚਾਰਤਾ ਰੱਖ ਖਿਆਲ भागा के ग डांगा गए वाधू समझ के आंसू हंजू उसखिक तो गला मेहनत की कमाई बच ही सबर हूँ है मेहनत नाल की कमाई खुशी मिलती है मेहनत का फल हमेशा मिठा हों सू अपने महापुरखा तो अमल करना चाहिए है अगर बहुविकल्पी देखो तीन ऑप्शन दिते उन्होंने एक चा ऑप्शन जरा ही टिक करना मेहनत का फल के होंद है मिठा मिठे तो लगा लो भ्रिष्टाचारी की नसीब हों भ्रिष्टाचारी नसीब नहीं हों सुख ਸ਼ੇਠ ਦਾ ਮੁੰਡਾ ਉਸਦੇ ਤਾਨੂੰ ਕੀ ਕਰ ਰਿਹਾ ਸੀ ਉਜਾੜ ਰਿਹਾ ਸੀ ਟਿਕ ਕਰ ਲੋ ਸ਼ੇਠ ਆਪਣੇ ਪੁੱਤਰ ਨੂੰ 100 ਰੁਪਏ ਕਿੱਥੇ ਸੁੱਟਣ ਲਈ ਕਹਿੰਦਾ ਹੈ ਖੂ ਵਿੱਚ ਮੁੰਡਾ ਕਿਹੜੇ ਪੈਸੇ ਖੂ ਵਿੱਚ ਸੁੱਟਣ ਲਈ ਨਾ ਗਿਆ ਮਿਹਨਤ ਦੀ ਕਮਾਈ ਦੇ ਉਸ ਤੋਂ ਬਾਅਦ ਪ੍ਰੈਸ਼ਨ ਉਤਰ ਅਗਲੀ ਵੀਡੀਓ ਦੇ ਵਿੱਚ ਕਰਵਾਵਾਂਗੀ ਉਸ ਤੋਂ ਬਾਅਦ ਦੇਖੋ ਆਪਣੇ ਆ ਗਏ ਤੁਹਾਡੇ ਇੰਗਲਿਸ਼ ਹਿੰਦੀ ਔਰ ਪੰਜਾਬੀ ਹਿੰਦੀ ਔਰ ਇੰਗਲਿਸ਼ ਮਿੱਠਾ ਮੀਠਾ সুইਟ S W E E T ਸਵੀਟ ਕਹਾਣੀ ਕਹਾਣੀ ਸਟੋਰੀ S T O R Y ਸਟੋਰੀ पुत्र पुत्र सन एस ओ एन सन सौ रुपया सौ रुपए हंड्रड रुपीज़ आगे देखो वेल कुआं सॉरी खू कुआ वेल उस तो बाद कमाई कमाई इनकम तो बाद किसने किसान कहे से पहले है ओम आज मेहनत ता ही रोटी मिलेगी मैनू तेरे को एक सौ रुपया हर रोज़ मिलना चाहिए है सेठ ने अपने मुंडे नु कहे जो वेले रहन की आदत पै जाती है ਮਾਂ ਮੈਨੂੰ 100 ਰੁਪਏ ਦੇ ਅੱਜ ਘਰ ਵਿੱਚ ਤਾਂ ਹੀ ਰੋਟੀ ਮਿਲੇਗੀ ਜੇ ਪਿਤਾ ਜੀ ਕੋ 100 ਰੁਪਏ ਦੇਵਾਂਗਾ ਇਹ ਸ਼ਬਦ ਓਮ ਨੇ ਆਪਣੀ ਮਾਂ ਨੂੰ ਕਹੇ ਜਦੋਂ ਉਸਦੇ ਪਿਤਾ ਜੀ ਉਸ ਨੂੰ 100 ਰੁਪਏ ਕਮਾਉਣ ਲਈ ਕਹਿੰਦੇ ਹਨ ਕਿ ਪਿਤਾ ਜੀ ਅੱਗੋਂ ਮੈਂ ਮਿਹਨਤ ਦੀ ਕਮਾਈ ਹੀ ਕਰਾਂਗਾ ਮੈਨੂੰ ਅਹਿਸਾਸ ਹੋ ਗਿਆ ਹੈ ਕਿ ਮਿਹਨਤ ਦਾ ਫਲ ਮਿੱਠਾ ਹੁੰਦਾ ਹੈ ਓਮ ਨੇ ਆਪਣੇ ਪਿਤਾ ਜੀ ਨੂੰ ਕਿਹਾ ਜਦੋਂ सेठ ਉਸ ਨੂੰ ਉਸਦੀ ਮਿਹਨਤ ਦੀ ਕਮਾਈ ਖੂਬ ਵਿੱਚ ਸੁੱਟਣ ਲਈ ਕਹਿੰਦਾ ਹੈ ਮੁੰਡਾ सेठ ਦੇ ਪੈਸੇ ਉਜਾਣ ਲੱਗਾ ਕੁੜੀ ਸੇਠਾਣੀ ਦੇ ਪੈਸੇ ਉਜਾਣ ਲਗੀ ਲਿੰਗ ਬਦਲੋ ਉਹ ਮਾਂ ਕੋਲ ਗਿਆ ਉਹ ਆਪਣੇ अपने प्यो कोल गई है उसने अपनी भैन बुलाया उसने अपने भालाया पिता जी मैं मेहनत की कमाई कराँगा माता जी मैं मेहनत की कमाई करागी अगे देखो आपस से मिलान करना है पर करना सामने सामने लिखने जलो भी पेपर आएगा, सेठ सेठानी मुंडा कुड़ी देवता देवी मित्र सहेली फुफ्फड़ पुआ गिदड़ गिदड़ी मामा मामी उसद तो विरोधी शब्द चुनने हैं गरीब का की सी अमीर बजुर्ग का न्याणा ਤੇ ਵੱਡਾ ਦਾ ਛੋਟਾ ਸਰਕਲ ਕਰਦਿਆ ਜਾਓ ਔਖਾ ਸੌਖਾ ਸਖਤੀ ਨਰਮੀ ਥੋੜਾ ਜਿਆਦਾ ਹੁਣ ਅਗਲੇ ਪਾਰਟ ਵਿੱਚ ਤੁਹਾਨੂੰ ਮੈਂ ਕਰਵਾਵਾਂਗੀ ਕੁਐਸਚਨ ਆਨਸਰ ਓਕੇ